सत श्रीकाल जी, वाहेगुरु जी का खालसा, वाहेगुरु जी की फतेह। सो बहुत माड़ा होया जी, साडा भरा सिद्धू मूसेवाला साडे विच नहीं रहा। सो इन्नी भरी जवानी च किसी पुत दा आपदे माँ प्यो नाल विछड़ना बहुत माड़ा होया। साडी इंडस्ट्री का मान सी, ते मैं जिहड़ी गल्लों थोड़े नाल लाइव होया, थोड़े नाल गल करन लग्गिया, ये मीडिया वालियां नूं मेरी हथ बन के रिक्वेस्ट आ भराओ, जे तुसीं चंगा नहीं छाप सकते माड़ा ना छापो। पहला वो जो जींदा सी तुसीं उहदे बारे लिख लिख के जी वह ऐ करदा वह फलाना करदा गवा लिया, अज तुसीं सेम वो चीज़ा मेरे बारे छापी जाने हो। मनकीरत औलख का कोई मैनेजर सी जी, किहड़ा मैनेजर सी, क्यों झूठियां गल्लां क्यों ऐ करी जाने हो? मैनू आ नहीं डर यार, ठीक है मैनू कोई मार जे कर जे, ਤੁਹਾਡਾ ਉਹ ਚੀਜ਼ ਨਾਲ ਵੀ ਰਾਂਝਾ ਰਾਜੀ ਹੁੰਦਾ ਨਾ, ਕਰ ਲਿਓ। ਸਾਰੀ ਇੰਡਸਟਰੀ ਸਦਮੇ 'ਚ ਆ, ਸਾਰਾ ਪੰਜਾਬ ਸਦਮੇ 'ਚ ਆ, ਕੀ ਹੋਇਆ ਕੀ ਨਹੀਂ। ਉੱਤੋਂ ਤੁਸੀਂ ਮੇਰੇ ਬਾਰੇ ਆਹ ਚੀਜ਼ਾਂ ਛਾਪੀ ਜਾਂਦੇ ਹੋ ਜੀ, ਕੋਈ ਮੈਨੇਜਰ, ਪਹਿਲਾਂ ਤੁਸੀਂ ਕੋਈ ਵੈਰੀਫਾਈ ਤਾਂ ਕਰ ਲਓ ਯਾਰ, ਕੌਣ ਮੈਨੇਜਰ ਕੌਣ ਨਾ ਕਰੋ ਯਾਰ। ਹੱਥ ਬੰਨ੍ਹ ਕੇ ਰਿਕੁਐਸਟ ਕਰਦਾ ਇਹ ਕੰਮ ਨਾ ਕਰੋ, ਕਿਉਂਕਿ ਬੜੀ ਇੱਜ਼ਤ ਕਰਦੇ ਹਾਂ ਤੁਹਾਡੀ ਯਾਰ। ਮੈਂ ਤਾਂ ਮੇਰੇ ਬਾਰੇ ਤਾਂ ਬਹੁਤ ਕੁਛ ਗੱਲਾਂ ਲਿਖੀਆਂ, ਮੈਂ ਤਾਂ ਕਦੇ ਰਿਪਲਾਈ ਵੀ ਨਹੀਂ ਕੀਤਾ, ਪਰ ਅੱਜ ਮੇਰੇ ਤੋਂ ਰਿਹਾ ਨਹੀਂ ਗਿਆ। ਕਿਸੇ ਦਾ ਪੁੱਤ ਮਰਿਆ ਯਾਰ, ਤੁਸੀਂ ਉੱਥੇ ਚੀਜ਼ਾਂ ਇੱਕ ਕੰਪੀਟੀਸ਼ਨ ਦੇਈ ਜਾਂਦੇ ਹੋ, ਨਾ ਕਰੋ ਯਾਰ। ਹੱਥ ਬੰਨ੍ਹ ਕੇ ਸਾਰੇ ਨਿਊਜ਼ ਚੈਨਲਾਂ ਨੂੰ ਹੱਥ ਬੰਨ੍ਹ ਕੇ ਰਿਕੁਐਸਟ ਆ। ਅਤੇ ਇਹ ਗੈਂਗਸਟਰ ਆ ਜਿਹੜੀਆਂ ਧੜੇਬਾਜ਼ੀਆਂ ਵੀ, ਉਹ ਗੈਂਗਸਟਰ ਜੀ ਉਹਦੇ ਉਹ ਇੰਡਸਟਰੀ ਨੇ ਰੈਸਟ ਇਨ ਪੀਸ ਹੱਥ ਜੋੜ ਕੇ ਮਾਂ ਦਾ ਪੁੱਤ ਚਲਾ ਗਿਆ। ਸਾਰਿਆਂ ਨੇ ਇਹ ਚੀਜ਼ ਪਾਈ ਹੈ ਆਪਣੇ ਸੋਸ਼ਲ, ਕਿਸੇ ਨੇ ਵੀ ਇਹ ਨਹੀਂ ਪਾਇਆ ਜਾਂ ਇਹ ਨਹੀਂ ਕਿਹਾ ਵੀ ਉਹਦਾ ਕਤਲ ਹੋਇਆ ਆ ਅਤੇ ਉਹਦਾ ਇਨਸਾਫ ਚਾਹੀਦਾ ਆ। ਇਹ ਸਾਡੀ ਇੰਡਸਟਰੀ ਆ, ਜੇ ਆਪਾਂ ਕਿਸੇ ਦੇ ਦੁੱਖ ਦੇ ਟਾਈਮ, ਉਹ ਮਾਂ ਪਿਓ ਦਾ ਇਕੱਲਾ ਪੁੱਤ ਸੀਗਾ ਜਿਹੜਾ ਚਲੇ ਗਿਆ, ਉਹ ਮਾਂ ਅੱਜ ਰੋਂਦੀ ਕਰਲਾਉਂਦੀ ਸੀਗੀ, ਦੇਖੀ ਨਹੀਂ ਜਾਂਦੀ ਸੀਗੀ, ਔਰ ਅੱਜ ਵੀ ਉਹਨੇ ਇਹੀ ਕਿਹਾ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਜੋ ਦੋ ਗੈਂਗਸਟਰ ਗਰੁੱਪ ਨੇ ਆਪਸ ਸਮਝੌਤਾ ਕਰ ਲੈਣ, ਕਿਸੇ ਹੋਰ ਮਾਂ ਦਾ ਪੁੱਤ ਨਾ ਜਾਵੇ। ਇੰਨਾ ਜਿਗਰਾ ਸੀਗਾ ਉਸ ਮਾਂ ਦੇ ਵਿੱਚ, ਉਹਨੇ ਆਹ ਗੱਲ ਕਹੀ ਉੱਤੇ ਖਲੋਤੇ। ਉਸਦੇ ਫਾਦਰ ਨੇ ਕਿਹਾ ਕਿ ਇਸ ਤੋਂ ਚੰਗਾ ਮੈਂ ਮਜ਼ਦੂਰ ਹੀ ਰਹਿੰਦਾ, ਮੈਂ ਕਦੀ ਵੀ ਨਹੀਂ ਚਾਹੁੰਦਾ ਸੀਗਾ ਕਿ ਮੇਰਾ, ਮਤਲਬ ਇਸ ਵੇਲੇ ਮੈਨੂੰ ਆਪਣੇ ਪੁੱਤ ਨੂੰ ਉਹਦੀ ਡੈੱਡ ਬੋਡੀ ਨੂੰ ਐਵੇਂ ਦੇਖਣਾ ਪਊਗਾ। ਉਹਨਾਂ ਦਾ ਕਹਿਣਾ ਸੀਗਾ ਕਿ ਕਦੀ ਇਹ